ਅੱਗੇ ਵਧਦੇ ਅਗਲੀ ਖਬਰ ਸਿਟੀ ਬਿਊਟੀਫੁਲ ਚੰਡੀਗੜ੍ਹ ਤੋਂ ਹੈ ਸਿਟੀ ਬਿਊਟੀਫੁਲ ਚੰਡੀਗੜ੍ਹ 'ਚ ਹੁਣ ਤੁਹਾਨੂੰ ਖੰਭੀਆਂ 'ਤੇ ਲਮਕਦੀਆਂ ਬਿਜਲੀ ਦੇ ਤਾਰਾਂ ਵਿਖਾਈ ਨਹੀਂ ਦੇਣਗੀਆਂ ਬਿਜਲੀ ਸਪਲਾਈ ਵਿੱਚ ਸੁਧਾਰ ਲਈ ਇਹਨਾਂ ਤਾਰਾਂ ਨੂੰ ਹੁਣ ਅੰਡਰਗਰਾਊਂਡ ਕੀਤਾ ਜਾ ਰਿਹਾ ਬਿਜਲੀ ਦੀਆਂ ਤਾਰਾਂ ਦੇ ਇਸ ਚਾਲ ਤੋਂ ਜਲਦ ਹੀ ਚੰਡੀਗੜ੍ਹ ਸ਼ਹਿਰ ਨੂੰ ਨਿਜ਼ਾਤ ਮਿਲੇਗੀ ਸ਼ਹਿਰ ਵਿੱਚ ਥਾਂ ਥਾਂ ਲਮਕਦੀਆਂ ਬਿਜਲੀ ਦੀਆਂ ਇਹ ਤਾਰਾਂ ਜਲਦ ਹੀ ਅੰਡਰਗਰਾਊਂਡ ਹੋਣਗੀਆਂ ਲਗਭਗ 850 ਕਿਲੋਮੀਟਰ ਲੰਮੀਆਂ ਬਿਜਲੀ ਦੀਆਂ ਤਾਰਾਂ ਹੁਣ ਖੰਭਿਆਂ ਦੀ ਬਜਾਏ ਜ਼ਮੀਨ ਦੇ ਹੇਠੋਂ ਬਿਜਲੀ ਦੀ ਸਪਲਾਈ ਦੇਣਗੀਆਂ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਕਿਰਨ ਖੇਰ ਨੇ ਦੱਸਿਆ ਕਿ ਤਾਰਾਂ ਅੰਡਰਗਰਾਊਂਡ ਹੋਣ ਨਾਲ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਹੋਵੇਗੀ ਕਿਉਂਕਿ ਪਹਿਲਾਂ ਮੀਂਹ ਤੇ ਹਨੇਰੀ ਦੇ ਆਉਣ ਨਾਲ ਬਿਜਲੀ ਚਲੀ ਜਾਂਦੀ ਸੀ ਪਰ ਹੁਣ ਇਸ ਸਮੱਸਿਆ ਤੋਂ ਨਿਜਾਤ ਮਿਲੇਗੀ ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਬਿਜਲੀ ਵਿਭਾਗ ਦੇ ਵਿੱਚ 350 ਨਵੇਂ ਲਾਈਨਮੈਨ ਭਰਤੀ ਕੀਤੇ ਜਾ ਰਹੇ ਨੇ ਪਾਵਰ ਕਾ ਪ੍ਰੋਬਲਮ ਬਹੁਤ ਹੁੰਦਾ ਹੈ ਯਹਾਂ ਪਰ ਸ਼ੁਰੂ ਸੇ ਇੱਕ ਤੋਂ ਹਮ ਮੈਨੇ ਕਾਮ ਸ਼ੁਰੂ ਕਰਵਾ ਦਿਆ ਲੇਇੰਗ ਆਲ ਵਾਇਰਸ ਅੰਡਰਗਰਾਊਂਡ ਜਿਤਨੀ ਵੀ ਵਾਇਰਿੰਗ ਹੈ ਪੂਰੀ ਚੰਡੀਗੜ੍ਹ ਕੀ ਪਹਿਲੇ ਇੱਕ ਸੈਕਸ਼ਨ ਕੀ ਹੋਗੀ ਫਿਰ ਦੂਸਰੇ ਕੀ ਹੋਗੀ ਉਸਕੋ ਥੋੜ੍ਹਾ ਵਕਤ ਲੱਗੇਗਾ ਦੇ ਆਰ ਇੰਪਲੋਇੰਗ 350 ਨਿਊ ਪੀਪਲ ਐਂਡ ਉਸਕੇ ਅੰਦਰ ਜਿਤਨੀ ਪਾਈ ਜਿਤਨੀ ਵਾਇਰਿੰਗ ਹੈ ਚੰਡੀਗੜ੍ਹ ਕੀ ਉਹ ਸਾਰੀ ਅੰਡਰਗਰਾਊਂਡ ਹੋਗੀ ਕਿਰਨ ਖੇਰ ਨੇ ਦੱਸਿਆ ਕਿ ਉਹ 2 ਵਰਿਆਂ ਤੋਂ ਇਸ ਸਮੱਸਿਆ ਦੇ ਹੱਲ ਲਈ ਲਗਾਤਾਰ ਯਤਨ ਕਰ ਰਹੇ ਸਨ ਪਰ ਹੁਣ ਅਖੀਰ ਵਿੱਚ ਕੇਂਦਰ ਸਰਕਾਰ ਨੇ ਇਸ ਨੂੰ ਮਨਜ਼ੂਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਵਿਭਾਗ ਨੇ ਵੀ ਇਸ ਫੈਸਲੇ ਤੇ ਮੋਹਰ ਲਾ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਜਲਦੀ ਚੰਡੀਗੜ੍ਹ ਸਿਰ ਤੇ ਲਮਕਦੀਆਂ ਬਿਜਲੀ ਦੀਆਂ ਤਾਰਾਂ ਤੋਂ ਮੁਕਤ ਹੋ ਜਾਵੇਗਾ ਨਿਤਕਾ ਮਹੇਸ਼ਵਰੀ ਦੇ ਨਾਲ ਨਿਊਜ਼ ਡੈਸਕ ਰਿਪੋਰਟ ਜ਼ੀ ਮੀਡੀਆ ਚੰਡੀਗੜ੍ਹ ਅਕਸਰ ਬਿਜਲੀ ਦੇ ਲਮਕ ਦੀਆਂ ਤਾਰਾਂ ਕਈ ਹਾਦਸੇ ਦਾ ਕਾਰਨ ਵੀ ਬਣਦੀਆਂ ਨੇ ਪਰ ਹੁਣ ਜਿਸ ਤਰੀਕੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਜਿਸ ਤਰੀਕੇ ਨਾਲ ਫੈਸਲਾ ਲਿਆ ਜਾ ਰਿਹਾ ਬੇਹੱਦ ਸ਼ਲਾਘਾਯੋਗ ਫੈਸਲਾ ਤੇ ਉਸ ਦਿਨ ਦਾ ਇੰਤਜ਼ਾਰ ਰਹੇਗਾ ਜਦ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਵੀ ਕੋਈ ਵੀ ਬਿਜਲੀ ਦੀ ਲਮਕਦੀ ਹੋਈ ਤਾਰ ਨਹੀਂ ਵਿਖਾਈ ਦੇਵੇਗੀ ਤੇ ਹੁਣ ਇੱਕ ਹੋਰ ਚੰਗੀ ਖਬਰ ਦਿੰਦੇ ਹਾਂ ਉਹਨਾਂ ਲੋਕਾਂ ਦੇ ਲਈ ਜੋ ਹਵਾਈ ਸਫ਼ਰ ਅਕਸਰ ਕਰਦੇ ਨੇ ਹਵਾਈ ਸਫ਼ਰ ਕਰਨ ਵਾਲਿਆਂ ਦੇ ਲਈ ਚੰਗੀ ਖਬਰ ਹੈ ਕੇਂਦਰ ਸਰਕਾਰ ਨੇ ਅੱਜ ਨਵੀਂ ਏਵੀਏਸ਼ਨ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੈਬਨਿਟ ਨੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ 'ਚ ਹੋਈ ਬੈਠਕ ਵਿੱਚ ਨਵੀਂ ਏਵੀਏਸ਼ਨ ਪਾਲਿਸੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਹੁਣ 1 ਘੰਟੇ ਦੇ ਸਫ਼ਰ ਦੇ ਲਈ 2500 ਰੁਪਏ ਅਤੇ 30 ਮਿੰਟ ਦੇ ਲਈ 1200 ਰੁਪਏ ਹੀ ਦੇਣੇ ਹੋਣਗੇ ਨਾਲ ਹੀ ਹੁਣ ਮੁਸਾਫਰਾਂ ਨੂੰ ਘਰੇਲੂ ਉਡਾਣ ਦੇ ਲਈ ਟਿਕਟ ਰੱਦ ਕਰਾਉਣ ਤੇ ਰੀਫੰਡ 15 ਦਿਨਾਂ ਵਿੱਚ ਮਿਲ ਜਾਏਗਾ ਜਦਕਿ ਕੌਮਾਂਤਰੀ ਉਡਾਣਾਂ ਦੇ ਟਿਕਟ ਕੈਂਸਲ ਕਰਵਾਉਣ ਤੇ 30 ਦਿਨ ਵਿੱਚ ਰਿਫੰਡ ਮਿਲੇਗਾ ਜੇ ਮੁਸਾਫਰ ਆਪਣੀ ਟਿਕਟ ਕੈਂਸਲ ਕਰਵਾਉਂਦਾ ਹੈ ਤਾਂ ਕੈਂਸਲੇਸ਼ਨ ਚਾਰਜ ਦੇ ਤੌਰ ਤੇ 200 ਰੁਪਏ ਤੋਂ ਜ਼ਿਆਦਾ ਵਸੂਲੇ ਨਹੀਂ ਜਾ ਸਕਦੇ ਹੁਣ ਪ੍ਰੋਮੋ ਕੋਡ ਅਤੇ ਸਪੈਸ਼ਲ ਫੇਅਰ ਸਣੇ ਸਾਰੀਆਂ ਟਿਕਟਾਂ ਤੇ ਰੀਫੰਡ ਮਿਲੇਗਾ 15 ਤੋਂ 20 ਕਿਲੋ ਸਮਾਨ ਤੇ 100 ਰੁਪਏ ਫੀ ਕਿਲੋ ਤੋਂ ਜ਼ਿਆਦਾ ਚਾਰਜ ਨਹੀਂ ਕੀਤਾ ਜਾਏਗਾ ਨਵੀਂ ਪਾਲਿਸੀ ਲਾਗੂ ਹੋਣ ਤੋਂ ਬਾਅਦ 20 ਜਹਾਜ਼ਾਂ ਵਾਲੀ ਕੰਪਨੀ ਨੂੰ ਕੌਮਾਂਤਰੀ ਉਡਾਣਾਂ ਦੀ ਇਜਾਜ਼ਤ ਮਿਲ ਜਾਏਗੀ ਨਿਊਜ਼ ਡੈਸਕ ਰਿਪੋਰਟ ਜ਼ੀ ਮੀਡੀਆ ਤਾਂ ਜੇ ਤੁਸੀਂ ਹਵਾਈ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਇਹ ਚੰਗੀ ਖਬਰ ਹੈ ਕਿ ਹੁਣ ਤੁਹਾਡੀ ਜਿਹੜੀ ਜੇਬ 'ਤੇ ਬੋਝ ਪੈ ਰਿਹਾ ਸੀ ਉਹ ਬੋਝ ਹੁਣ ਥੋੜ੍ਹਾ ਘੱਟ ਹੋ ਜਾਏਗਾ ਜਿਸ ਤਰੀਕੇ ਨਾਲ ਇੰਦਰ ਆਮ ਲੋਕ ਜਗਦੇ ਨੇ ਆਮ ਹਵਾਈ ਸਫ਼ਰ ਕਰਨ ਤੋਂ ਪਰ ਹੁਣ ਉਹਨਾਂ ਦੀ ਪਹੁੰਚ ਦੇ ਵਿੱਚ ਵੀ ਹਵਾਈ ਸਫ਼ਰ ਕੀਤਾ ਜਾ ਰਿਹਾ ਇਸ ਦੇ ਨਾਲ ਜੋ ਗਿਣਤੀ ਹੈ ਹਵਾਈ ਮੁਸਾਫਰਾਂ ਦੀ ਉਹ ਵੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਨਵੀਂ ਪਾਲਿਸੀ ਦੇ ਜ਼ਰੀਏ ਜਿਸ ਤਰੀਕੇ ਨਾਲ ਸਾਲਾਨਾ ਤਕਰੀਬਨ 8 ਕਰੋੜ ਲੋਕ ਹਵਾਈ ਸਫ਼ਰ ਕਰਦੇ ਨੇ ਸਾਲਾਨਾ ਇਸ ਨੂੰ 30 ਕਰੋੜ ਤੱਕ ਕਰਨ ਦਾ ਟੀਚਾ ਜੋ ਹੈ ਰੱਖਿਆ ਗਿਆ ਹੈ